ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ। ਹਾਂਜੀ ਮੈਮ, ਇੱਕ ਕੁਐਸਚਨ ਚੱਲਿਆ ਥੋੜਾ, ਅੰਮ੍ਰਿਤਸਰ ਕਿਹੜਾ ਹੈਗਾ? ਹਾਂਜੀ ਭਾਅ ਜੀ, ਆਪਣਾ ਨਾਮ ਦੱਸ ਕੇ ਡੀਸੀ ਸਾਹਿਬ ਨੇ ਕੀ ਆਸ਼ਾ ਦਿਵਾਇਆ ਤੁਹਾਨੂੰ? ਮੇਰਾ ਨਾਮ ਮਾਰੀਸ਼ਾ ਹੈ ਜੀ। ਡੀਸੀ ਸਾਹਿਬ ਨੂੰ ਅਸੀਂ ਅੱਜ ਮਿਲਣ ਆਏ ਸੀਗੇ ਤੇ ਡੀਸੀ ਸਾਹਿਬ ਨੇ ਸਾਨੂੰ ਆਸ਼ਵਾਸਨ ਦਿਵਾਇਆ ਕਿ ਇੱਕ ਹਫਤੇ ਦੇ ਅੰਦਰ ਅੰਦਰ ਜੋ ਹੈ ਸਾਨੂੰ ਮੁਆਵਜ਼ਾ ਦਿੱਤਾ ਜਾਏਗਾ, ਔਰ ਉਹਨਾਂ ਨੇ ਸਾਨੂੰ ਪਾਲਿਸੀ ਵੀ ਦੇ ਦਿੱਤੀ ਗਈ ਹੈ। ਅਤੇ ਉਹਨਾਂ ਨੇ ਇਹੀ ਕਿਹਾ ਕਿ ਕਮਿਸ਼ਨਰ ਸਾਹਿਬ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਇੱਕ ਵਾਰੀ ਜੁਆਇਨ ਹੋਣ ਤੋਂ ਬਾਅਦ ਇੱਕ ਹਫਤੇ ਅੰਦਰ ਤੁਹਾਨੂੰ ਮੁਆਵਜ਼ਾ ਮਿਲ ਜਾਏਗਾ। ਬਿਲਕੁਲ ਸਰ, ਪਹਿਲੇ ਤਾਂ ਦਫਤਰਾਂ 'ਚ ਸੁਣਵਾਈ ਨਹੀਂ ਹੁੰਦੀ ਸੀ, ਬਟ ਅੱਜ ਆਪ ਡੀਸੀ ਸਾਹਿਬ ਨੇ ਸਾਨੂੰ ਬੁਲਾਇਆ ਸੀ ਮਿਲਣ ਲਈ, ਅਤੇ ਪੂਰਾ ਸਾਨੂੰ ਵਿਸ਼ਵਾਸ ਹੈ ਕਿ ਸਾਨੂੰ ਰੋਹਨ ਮਹਿਰਾ ਵੱਲੋਂ ਇਨਸਾਫ ਮਿਲਿਆ ਜਾਏਗਾ। ਸਰ ਡਾਕਟਰ ਰੋਹਨ ਬਾਰੇ ਮੈਂ ਇਹੋ ਕਹਾਂਗੀ, ਉਹ ਬੜਾ ਨੇਕ ਕੰਮ ਕਰ ਰਹੇ ਨੇ, ਜੋ ਸਾਨੂੰ ਮੁਆਵਜ਼ਾ ਦਿਵਾਉਣ ਦੇ ਵਿੱਚ ਹੈਲਪ ਕਰ ਰਹੇ ਨੇ, ਅਤੇ ਨਾਲ ਇੱਕ ਕਹਿ ਸਕਦੇ ਆ ਕਿ ਤੁਸੀਂ ਇੱਕ ਸੇਵਾ ਕਰ ਰਹੇ ਨੇ ਇਸ ਦੇਸ਼ ਲਈ, ਅਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੀ ਸਰ। ਅੱਜ ਜੀ ਡੀ ਸਾਹਿਬ ਨੇ ਮੈਨੂੰ ਬਤੌਰ ਹੈਲਥ ਅਫਸਰ ਬੁਲਾਇਆ ਸੀਗਾ। ਸ਼ਹਿਰ ਵਿੱਚ ਕੁਛ ਲੋਕ ਆਪਣੀਆਂ ਗਊਆਂ ਜਿਹੜੀਆਂ ਹੈਗੀਆਂ ਉਹਨਾਂ ਕੋਲ, ਉਹ ਉਹਨਾਂ ਨੂੰ ਸੜਕਾਂ 'ਤੇ ਛੱਡ ਦਿੰਦੇ ਆ, ਜਿਹਦੇ ਨਾਲ ਐਕਸੀਡੈਂਟ ਹੋਣ ਦਾ ਜਿਹੜਾ ਖਤਰਾ ਬਣਿਆ ਰਹਿੰਦਾ, ਪਿੱਛੇ ਦੱਸਿਆ ਗਿਆ ਕਿ ਇੱਕ ਐਕਸੀਡੈਂਟ ਹੋਇਆ ਵੀ ਹੈ। ਉਹਦੇ ਸਿਲਸਿਲੇ 'ਚ ਮੈਡਮ ਨੇ ਮੈਨੂੰ ਬੁਲਾਇਆ ਸੀਗਾ। ਮੈਡਮ ਨੇ ਆਰਡਰ ਕੀਤੇ ਜੀ ਕਿ ਜਿਹੜੇ ਇੱਥੇ ਇਲੀਗਲ ਡੇਅਰੀਆਂ ਚੱਲ ਰਹੀਆਂ ਨੇ ਇਹਨਾਂ ਨੂੰ ਸ਼ਹਿਰ ਦੀ ਹਦੂਦ ਤੋਂ ਬਾਹਰ ਕੱਢਿਆ ਜਾਏ। ਇੱਕ ਪਰਟੀਕੁਲਰ ਜਗ੍ਹਾ ਹੈਗੀ ਹੈ ਜੀ ਦੁਰਗਾਣਾ ਮੰਦਿਰ ਜੀ ਦੇ ਬੈਕ ਸਾਈਡ 'ਤੇ, ਉੱਥੇ ਵੀ ਕਾਫੀ ਸਾਰੇ ਲੋਕ ਜਿਹੜੇ ਆਪਣੇ ਡੰਗਰ ਛੱਡ ਦਿੰਦੇ ਹੈਗੇ ਆ, ਜਿਨ੍ਹਾਂ 'ਚ ਗਊ ਮਾਤਾ ਵੀ ਹੈ ਜਾਂ ਹੋਰ ਵੀ ਨੇ, ਅਤੇ ਉਹ ਮੈਮ ਨੇ ਅੱਜ ਸਖਤੀ ਨਾਲ ਆਰਡਰ ਕੀਤੇ ਆ ਜੀ ਵੀ ਉੱਥੇ ਬੈਰੀਗੇਟਿੰਗ ਕਰਤੀ ਜਾਏ ਉਸ ਜਗ੍ਹਾ ਦੀ। ਹਾਲਾਂਕਿ ਉਹ ਜਗ੍ਹਾ ਆਰਮੀ ਦੇ ਨਾਲ ਰਿਲੇਟਡ ਹੈਗੀ ਹੈ, ਮੈਮ ਕਹਿੰਦੇ ਆ ਕਿ ਮੈਂ ਉੱਧਰ ਵੀ ਗੱਲ ਕਰ ਲੈਣਗੇ, ਮੈਡਮ ਉੱਧਰ ਗੱਲ ਕਰ ਲੈਣਗੇ। ਹਾਲ ਦੀ ਘੜੀ ਉਹਨਾਂ ਨੇ ਏ ਸੀ ਪੀ ਸਾਹਿਬ ਨੂੰ ਵੀ ਇੱਕ ਡਿਊਟੀ ਲਗਾਈ ਹੈ ਕਿ ਉੱਥੇ ਪੱਕਾ ਨੱਕਾ ਲਗਾਇਆ ਜਾਏ। ਮੇਰਾ ਨਾਮ ਹਨੀ ਮਹਿਰਾ, ਰਾਸ਼ਟਰੀ ਗੋ ਰਕਸ਼ਾ ਮਾਸਕ ਤੋਂ। ਕੱਲ੍ਹ ਸਾਡੇ ਵੱਲੋਂ ਇੱਕ ਭੁੱਖ ਹੜਤਾਲ ਕੀਤੀ ਗਈ ਸੀਗੀ, ਸਾਡੇ ਜਿਹੜੇ ਰਾਸ਼ਟਰੀ ਚੇਅਰਮੈਨ ਨੇ ਡਾਕਟਰ ਰੋਹਨ ਮਹਿਰਾ, ਉਹਨਾਂ ਨੇ ਭੁੱਖ ਹੜਤਾਲ 'ਤੇ ਬੈਠੇ ਸੀਗੇ। ਉਸ ਭੁੱਖ ਹੜਤਾਲ ਨੂੰ ਅਸੀਂ ਬਾਅਦ 'ਚ ਬੰਦ ਕਰਤਾ, ਕਿਉਂਕਿ ਸਾਨੂੰ ਆਸ਼ਵਾਸਨ ਅੱਜ ਦਿੱਤਾ ਗਿਆ ਹੈ ਕਿ ਜਿਹਨਾਂ ਮੰਗਾਂ ਕਰਕੇ ਅਸੀਂ ਬੈਠੇ ਹੋਏ ਸੀਗੇ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣਗੀਆਂ। ਇੱਕ ਪਰਿਵਾਰ ਦੇ ਜਿਹਦਾ ਐਕਸੀਡੈਂਟ ਹੋਇਆ ਸੀਗਾ, ਜਿਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਸੀਗੀ, ਉਹਨਾਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਮੁਆਵਜ਼ਾ ਦਿੱਤਾ ਜਾਏਗਾ। ਔਰ ਦੂਸਰੀਆਂ ਸਾਡੀਆਂ ਮੰਗਾਂ ਸੀਗੀਆਂ ਕਿ ਸਿਟੀ ਵਿੱਚ ਜੋ ਵੀ ਡੇਅਰੀਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ। ਮੈਮ ਨੇ, ਡੀਸੀ ਮੈਮ ਜਿਹੜੇ ਆ, ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਜਿਹੜੇ ਆਰਮੀ ਵਾਲੇ ਨੇ ਉਹਨਾਂ ਦੇ ਨਾਲ ਮਿਲ ਕੇ ਉੱਥੇ ਬੈਰੀਗੇਟਿੰਗ ਕੀਤੀ ਜਾਏਗੀ ਔਰ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਬਾਹਰ ਕੱਢਿਆ ਜਾਏਗਾ।